ਜੋ ਨੇ ਨੂੰ ਤਿੰਨ ਵੱਖ-ਵੱਖ ਸਟੇਜਾਂ ਦੇ ਵਿੱਚ ਵੰਡਿਆ ਜਾਂਦਾ ਹੈ ਵੱਖ-ਵੱਖ ਭਾਗ ਹੁੰਦੇ ਨੇ ਤਿੰਨ ਪਹਿਲੇ ਨੰਬਰ ਤੇ ਜਿਹੜਾ ਹੁੰਦਾ ਇਹਨੂੰ ਆਖਿਆ ਜਾਂਦਾ ਹੈ ਵੈਜੀਟੇਟਿਵ ਜਿਹੜਾ ਕਿ ਜਰਮੀਨੇਸ਼ਨ ਤੋਂ ਲੈ ਕੇ ਪੈਨਿਕਲ ਇਨੀਸ਼ੀਏਸ਼ਨ ਤੱਕ ਚੱਲਦਾ ਹੈ ਯਾਨੀ ਕਿ ਉਦੋਂ ਤੱਕ ਇਹ ਭਾਗ ਹੁੰਦਾ ਹੈ ਜਦੋਂ ਤੱਕ ਆਪਣੇ ਝੋਨੇ ਦੇ ਵਿੱਚ ਇੱਕ ਛੋਟੀ ਜੀ ਨਿੱਕੀ ਜੀ ਮੁੰਜਰ ਜੜੀ ਇਹ ਬਣ ਨਹੀਂ ਜਾਂਦੀ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ ਜਿਹੜਾ ਦੂਜਾ ਭਾਗ ਹੁੰਦਾ ਉਹਨੂੰ ਆਖਿਆ ਜਾਂਦਾ ਹੈ ਰੀਪ੍ਰੋਡਕਟਿਵ ਜਾਨੀ ਕਿ ਪੈਨਿਕਲ ਇਨੀਸ਼ੀਏਸ਼ਨ ਸ਼ੁਰੂ ਹੋਣ ਤੋਂ ਲੈ ਕੇ ਫਲਾਵਰਿੰਗ ਸਟੇਜ ਤੱਕ ਜਦੋਂ ਤੱਕ ਝੋਨੇ ਦਾ ਬੂਰ ਨਹੀਂ ਚੜ ਜਾਂਦਾ ਉਸ ਸਟੇਜ ਨੂੰ ਉਸ ਭਾਗ ਨੂੰ ਆਖਿਆ ਜਾਂਦਾ ਹੈ ਰੀਪ੍ਰੋਡਕਟਿਵ ਸਟੇਜ ਤੇ ਇਹਦੇ ਤੋਂ ਬਾਅਦ ਵਿੱਚ ਫਲਾਵਰਿੰਗ ਝੜਨ ਤੋਂ ਦਾਣਾ ਮੈਚੂਰ ਹੋਣ ਤੱਕ ਉਹਨੂੰ ਮੈਚੂਰਿਟੀ ਕਹਿ ਦਿੱਤਾ ਜਾਂਦਾ ਹੈ ਜਾਨੀ ਕਿ ਤਿੰਨਾ ਵੱਖ-ਵੱਖ ਭਾਗਾਂ ਦੇ ਵਿੱਚ ਪਾਣੀ ਦੀ ਵੱਖ-ਵੱਖ ਲੋੜ ਹੁੰਦੀ ਹੈ ਜੇਕਰ ਆਪਾਂ ਬਿਲਕੁਲ ਬਣਦੇ ਤਰੀਕੇ ਦੇ ਨਾਲ ਪਾਣੀ ਝੋਨੇ ਨੂੰ ਦਿਨੇ ਆ ਤਾਂ ਆਪਾਂ ਨੂੰ ਸਹੀ ਝਾੜ ਪ੍ਰਾਪਤ ਹੁੰਦਾ ਹੈ ਜੇ ਆਪਾਂ ਇਨ੍ਹਾਂ ਸਟੇਜਾਂ ਦੇ ਵਿੱਚ ਕੁਝ ਐਸੀਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਬਿਲਕੁਲ ਧਿਆਨ ਰੱਖ ਕੇ ਝੋਨੇ ਨੂੰ ਲਾਉਣਾ ਹੁੰਦਾ ਹੈ ਜੇ ਉਸ ਸਮੇਂ ਕੋਈ ਉੱਚ ਨੀਚ ਹੁੰਦੀ ਹੈ ਤੇ ਆਪਾਂ ਨੂੰ ਝਾੜ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਡਾਊਨ ਵੇਖਣ ਨੂੰ ਮਿਲਦਾ ਹੈ ਸੋ ਇਸ ਵੀਡੀਓ ਦੇ ਵਿੱਚ ਬਿਲਕੁਲ ਡਿਟੇਲ ਦੇ ਨਾਲ ਆਪਾਂ ਪੂਰੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੇ ਨਵੇਂ ਫਾਰਮਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਉਹਨੂੰ ਜ਼ਰੂਰ ਦਬਾ ਲਓ ਵੇਖੋ ਪਾਣੀ ਤੋਂ ਵੱਡੀ ਅਜ ਤੱਕ ਕੋਈ ਦਵਾਈ ਨਹੀਂ ਹੈ ਪਾਣੀ ਤੋਂ ਜ਼ਿਆਦਾ ਵੱਡੀ ਅਜ ਤੱਕ ਕੋਈ ਸਪਰੇ ਨਹੀਂ ਬਣੀ ਤੇ ਪਾਣੀ ਤੋਂ ਜ਼ਿਆਦਾ ਕੋਈ ਖਤਰਨਾਕ ਚੀਜ਼ ਵੀ ਨਹੀਂ ਹੈ ਜੇ ਆਪਾਂ ਇਹਨੂੰ ਗਲਤ ਤਰੀਕੇ ਦੇ ਨਾਲ ਇਹਦੀ ਵਰਤੋਂ ਆਪਾਂ ਕਰਦੇ ਆਂ ਹੁਣ ਜਿਹੜੀ ਸਟੇਜ ਸ਼ੁਰੂ ਹੋਈ ਹੈ ਜ਼ਿਆਦਾਤਰ ਝੋਨੇਆਂ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਏ ਪੈਨਿਕਲ ਇਨੀਸ਼ੀਏਸ਼ਨ ਜਾਨਕੀ ਬਹੁਤੇ ਝੋਨੇਆਂ ਦੇ ਵਿੱਚ ਮੁੰਜਰ ਜੜੀਏ ਉਹਨੇ ਬਣਨਾ ਸ਼ੁਰੂ ਹੋ ਗਈਏ ਬੱਚਾ ਇੱਕ ਛੋਟਾ ਜਿਹਾ ਬਣਨਾ ਸ਼ੁਰੂ ਹੋਇਆ ਹੈ ਜੇਕਰ ਇਸ ਸਮੇਂ ਝੋਨੇ ਨੂੰ ਸੋਕਾ ਲੱਗਦਾ ਹੈ ਤਾਂ ਝੋਨੇ ਦਾ 30% ਤੱਕ ਝਾੜ ਜਿਹੜਾ ਡਾਊਨ ਚੱਲਿਆ ਜਾਂਦਾ ਹੈ ਭਾਵ ਪਾਣੀ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ 24 ਘੰਟੇ ਪਾਣੀ ਜਿਹੜਾ ਵਿੱਚ ਭਰ ਕੇ ਹੀ ਰੱਖਣਾ ਹੈ 6 6 ਇੰਚ 4 4 ਇੰਚ ਇਸ ਸਮੇਂ ਆਪਾਂ ਪਾਣੀ ਦੀ ਮੈਨੇਜਮੈਂਟ ਇਸ ਤਰੀਕੇ ਦੇ ਨਾਲ ਕਰਨੀ ਹੈ ਕਿ ਝੋਨੇ ਦੇ ਵਿੱਚ ਤੁਰਿਆਂ ਪੈਰ ਜਿਹੜੇ ਤੁਹਾਡੇ ਛਪਣੇ ਚਾਹੀਦੇ ਨੇ ਜਦੋਂ ਪਾਣੀ ਇੱਕ ਵਾਰੀ ਜੀਰ ਜਾਵੇ ਤਾਂ ਛੇਤੀ ਤੋਂ ਛੇਤੀ ਆਪਾਂ ਦੂਸਰਾ ਪਾਣੀ ਜਿਹੜਾ ਉਹਨੂੰ ਲਾਉਣ ਦੀ ਕੋਸ਼ਿਸ਼ ਕਰਨੀ ਹੈ ਜਿੰਨੀਆਂ ਵੀ ਆਪਾਂ ਖਾਦਾਂ ਖਰਾਕਾਂ ਪਾਈਆਂ ਨੇ ਉਹ ਸਾਰੀਆਂ ਬੇਕਾਰ ਚਲੀਆਂ ਜਾਣਗੀਆਂ ਜੇਕਰ ਤੁਹਾਡੀ ਜ਼ਮੀਨ ਇਸ ਸਟੇਜ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ ਪੀਰੀਅਡ ਦੇ ਵਿੱਚ ਤੁਹਾਡੀ ਜ਼ਮੀਨ ਜਿਹੜੀ ਚਿੱਟੀ ਹੋ ਜਾਂਦੀ ਹੈ ਇਹ ਉਹੀ ਸਮਾਂ ਹੈ ਜਦੋਂ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਹੈ ਜਿਹੜੇ ਪਰਮਲ ਜਿਹੜੇ ਚੋਨੇ ਨੇ ਜਾਂ ਪੀਆਰ ਜਿਹੜੀਆਂ ਕਿਸਮਾਂ ਨੇ ਸਭ ਤੋਂ ਜ਼ਿਆਦਾ ਪਾਣੀ ਪੀਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਬੂਟੇ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਏ ਜ਼ਿਆਦਾ ਲੋੜ ਹੁੰਦੀ ਏ ਜੇ ਸੋਕੇ ਦੇ ਵਿੱਚ ਮੁੰਜਰ ਬਣੇਗੀ ਸੋਕੇ ਦੇ ਵਿੱਚ ਤਿਆਰ ਹੋਵੇਗੀ ਮੁੰਜਰ ਤਾਂ ਚੋਨਾ ਸਮਝ ਜਾਂਦਾ ਹੈ ਕਿ ਉਹ ਮੁੰਜਰ ਜਿਹੜੀ ਕਿੰਨੀ ਕੁ ਜ਼ਿਆਦਾ ਲੰਬਾਈ ਦੇ ਵਿੱਚ ਜਾਂ ਕਿੰਨੇ ਕੁ ਮੋٹے ਜਿਹੜੇ ਗ੍ਰੇਨ ਨੇ ਪੈਦਾ ਕਰਨੇ ਆ ਜਾਂ ਉਹਨਾਂ ਦਾ ਸਟਰਕਚਰ ਜਿਹੜਾ ਬੂਟਾ ਉਸੇ ਤਰੀਕੇ ਦੇ ਨਾਲ ਤਿਆਰ ਕਰਦਾ ਏ ਉਸੇ ਤਰੀਕੇ ਦੇ ਨਾਲ ਬਣਾਉਂਦਾ ਏ ਇਦੇ ਤੋਂ ਪਹਿਲਾਂ ਪੈਨਿਕਲ ਇਨੀਸ਼ੀਏਸ਼ਨ ਜਿਹੜੀ ਹੈ ਇਹ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਚੋਣੇ ਦੇ ਵਿੱਚੋਂ ਪਾਣੀ ਸਕਾ ਸਕਦੇ ਹੋ ਇੱਕ ਵਾਰ ਹਲਕਾ ਹਵਾ ਜਿਹੜੀ ਲਵਾ ਸਕਦੇ ਹੋ ਪਰ ਜਦੋਂ ਤੁਹਾਡੇ ਝੋਨੇ ਦੇ ਵਿੱਚ ਇੱਕ ਛੋਟੀ ਮੁੰਜਰ ਜੜੀ ਬਣਨੀ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਪਾੜ ਕੇ ਜਦੋਂ ਆਪਾਂ ਵੇਖਣੀ ਹੈ ਕਿਸੇ ਵੀ ਬੂਟੇ ਦੇ ਵਿਚਲੀ ਜਿਹੜੀ ਨਾਲ ਹੀ ਇਹਨੂੰ ਪਾੜ ਕੇ ਆਪਾਂ ਵੇਖਣਾ ਹੈ ਜੇਕਰ ਉਹਦੇ ਵਿੱਚ ਬੱਚਾ ਬਣਿਆ ਹੈ ਤਾਂ ਮੁੱਖ ਦੀ ਗੱਲ ਇਹ ਹੈ ਕਿ ਜੇ ਉਸ ਸਟੇਜ ਤੋਂ ਲੈ ਕੇ ਆਉਣ ਵਾਲੇ ਕਿਸੇ ਵੀ ਪੀਰੀਅਡ ਦੇ ਵਿੱਚ ਤੁਹਾਡੇ ਝੋਨੇ ਨੂੰ ਸੋਕਾ ਲੱਗ ਗਿਆ ਤਝਾੜ ਦੇ ਵਿੱਚ ਪ੍ਰਭਾਵ ਜਿਹੜੇ ਆਪਾਂ ਨੂੰ ਬੜੇ ਵੱਡੇ ਉਹ ਵੇਖਣ ਨੂੰ ਮਿਲਣਗੇ ਹੁਣ ਕਈ ਜ਼ਿਮੀਦਾਰ ਜਿਹੜੇ ਇਸ ਚੀਜ਼ ਤੋਂ ਡਰਦੇ ਵੀ ਪਾਣੀ ਘਟ ਲਾਉਂਦੇ ਆ ਕਿ ਕਿਤੇ ਸੀਥ ਬ্লাইਟ ਜਾਂ ਹੋਰ ਕਿਸੇ ਉਲੀ ਦਾ ਹਮਲਾ ਝੋਨੇ ਤੇ ਨਾ ਹੋ ਜਾਵੇ ਪਾਣੀ ਥੋੜਾ ਜਿਹਾ ਘਟਾ ਕੇ ਲਈਏ ਪਰ ਜੇਕਰ ਸੀਥ ਬ্লাইਟ ਨੇ ਤੁਹਾਡੇ ਝੋਨੇ ਦੇ ਵਿੱਚ ਆਉਣਾ ਹੈ ਤਾਂ ਉਹਨੇ ਆਉਣਾ ਹੀ ਹੈ ਉਹਨੇ ਪਾਣੀ ਸਕਾਉਣ ਦੇ ਨਾਲ ਨਹੀਂ ਰੁਕਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੋ ਜਿਹਾ ਟੈਂਪਰੇਚਰ ਜਿਹੋ ਜਿਹਾ এনवायरमेंट ਤੇ ਜਿਹੋ ਜਿਹਾ ਮੌਸਮ ਬਣਦਾ ਜਾਂਦਾ ਹੈ ਇਹਦੇ ਵਾਸਤੇ ਤੁਹਾਨੂੰ ਉਲੀ ਨਾਸ਼ਕ ਸਪਰੇ ਜੜੀ ਇਹ ਫੰਗੀਸਾਈਡੋ ਕਰਨੀ ਹੀ ਪੈਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਸਕਾਉਣ ਦੇ ਨਾਲ ਇਸੇ ਤੁਹਾਡੀ ਉਲੀ ਨੇ ਕੰਟਰੋਲ ਨਹੀਂ ਹੋਣਾ ਸੋ ਇਹਦੇ ਤੋਂ ਪਹਿਲਾਂ ਜਿੰਨਾ ਆਪਾਂ ਝੋਨੇ ਨੂੰ ਪਾਲ ਲਿਆ ਏ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਪਾਣੀ ਦੇ ਉੱਤੇ ਹੀ ਜਿਹੜਾ ਤੁਹਾਡੇ ਝੋਨੇ ਨੇ ਡਿਪੈਂਡ ਹੋਣਾ ਹੈ ਤੁਹਾਡੇ ਝਾੜ ਨੇ ਡਿਪੈਂਡ ਹੋਣਾ ਹੈ ਜੇ ਪਾਣੀ ਤੁਸੀਂ ਵਧੀਆ ਤਰੀਕੇ ਦੇ ਨਾਲ ਮੇਨਟੇਨ ਕਰਕੇ ਰੱਖੋਗੇ ਝੋਨੇ ਦੇ ਵਿੱਚ ਤਾਂ ਆਪਾਂ ਨੂੰ ਚੰਗਾ ਝਾੜ ਮਿਲੂਗਾ ਜੇ ਪਾਣੀ ਸੁੱਕ ਗਿਆ ਤੇ ਆਪਾਂ ਜਿੰਨੀ ਮਰਜ਼ੀ 100 ਸਪਰੇਆਂ ਦੀ ਇੱਕ ਸਪਰੇਅ ਹੈ ਪਾਣੀ ਜੇਕਰ ਪਾਣੀ ਸੁੱਕ ਗਿਆ ਤਾਂ ਜੜੀਆਂ ਮਰਜ਼ੀ ਆਪਾਂ ਸਪਰੇਆਂ ਕਰੀ ਜਾਈਏ ਫਿਰ ਉਹ ਗੱਲ ਜੜੀ ਆ ਨਹੀਂ ਬਣਨੀ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ